ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋਏ ਹੋ ਦੇਸੀ ਸਟੂਡੀਓ ਅਤੇ ਬੱਕਰਾ ਟੀ ਵੀ ਦੇ ਨਾਲ। ਅੱਜ ਦੀ ਮੁਲਾਕਾਤ ਆ ਜਿਹੜੀ ਉਹ ਤੁਹਾਡੇ ਲਈ ਬਹੁਤ ਖਾਸ ਆ। ਸਾਰੇ ਦੋਸਤਾਂ ਮਿੱਤਰਾਂ ਦੇ ਸਾਨੂੰ ਫੋਨ ਕਾਲ ਅਤੇ ਮੈਸੇਜ ਆ ਰਹੇ ਸੀ ਕਿ ਬੱਕਰੀ ਪਾਲਣ ਅਤੇ ਲੋਨ ਨੂੰ ਲੈ ਕੇ ਜਿਹੜੇ ਤੁਹਾਡੇ ਸਵਾਲ ਆ ਉਹ ਅੱਜ ਸਾਰੇ ਕਲੀਅਰ ਕੀਤੇ ਜਾਣਗੇ। ਮੇਰੇ ਨਾਲ ਡਾਕਟਰ ਅਵਤਾਰ ਸਿੰਘ ਬਾਸੀ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੇਸੀ ਸਟੂਡੀਓ ਔਰ ਬੱਕਰਾ ਟੀ ਵੀ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੁਕਮ ਕਰੋ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਇਹ ਆ ਜੀ, ਬੱਕਰੀ ਪਾਲਣ 'ਤੇ ਲੋਨ ਹੋ ਸਕਦਾ ਜਾਂ ਨਹੀਂ? ਤੁਸੀਂ ਵੀ ਸੁਣਿਆ ਹੋਣਾ ਅਫਵਾਹਾਂ ਜਿਹੜੀਆਂ ਚੱਲ ਰਹੀਆਂ ਉਹਦੇ 'ਚ। ਇੱਦਾਂ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਲਾਹ ਹਮੇਸ਼ਾ ਉਸ ਬੰਦੇ ਦੀ ਲਓ ਜੀ ਜਿਹੜਾ ਆਪਣੇ ਕਿੱਤੇ 'ਚ ਪੋਜ਼ਿਟਿਵ ਹੋਵੇ ਜੀ। ਹੁਣ ਮੈਂ ਜਿਹੜਾ ਕੰਮ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਨਾ ਕਰੀ ਜਾਂਦਾ, ਮੇਰੇ ਕੋਲ ਫਿਰ ਨਾਂ ਦੇ ਇਲਾਵਾ ਕੁਛ ਹੋਣਾ ਹੀ ਨਹੀਂ ਜੀ। ਠੀਕ ਹੈ, ਲੋਨ ਜਿਹੜਾ ਕਹਿੰਦਾ ਨਹੀਂ ਹੁੰਦਾ, ਮੈਂ ਕਹਿੰਦਾ ਆਓ ਮੇਰੇ ਕੋਲ, ਮੈਂ ਦੱਸਦਾ ਕਿੱਦਾਂ ਹੁੰਦਾ ਔਰ ਨਹੀਂ ਹੁੰਦਾ, ਕਿਉਂ ਨਹੀਂ ਹੋਏਗਾ ਮੈਨੂੰ ਇਹ ਦੱਸੋ ਜੀ। ਜਦ ਸਰਕਾਰ ਨੇ ਇੱਕ ਰੂਲ ਬਣਾਇਆ, ਇੱਕ ਉਹਨਾਂ ਨੇ ਲਾਅ ਬਣਾਇਆ ਵੀ ਅਸੀਂ ਆਹ ਲੋਨ ਕਰਨੇ ਆ, ਫਿਰ ਉਹ ਕਰੋੜਾਂ ਰੁਪਏ ਦੀ ਬਿਲਡਿੰਗ ਹੈ, ਉਹਨਾਂ ਦੇ ਸਾਰੇ ਵਰਕਰ, ਉਹਨਾਂ ਦੇ ਡਾਇਰੈਕਟਰ, ਕੋਈ IAS, ਕੋਈ IPS, ਬਾਕੀ ਜਿਹੜੇ ਸਾਰੇ ਡਾਕਟਰਸ ਉਹਨਾਂ ਨੇ ਉਸ ਕੰਮ 'ਤੇ ਲਾਏ ਹੋਏ ਆ ਜੀ, ਉਹ ਕਿਉਂ ਫਿਰ ਉਹ ਕਾਹਦੇ ਲਈ ਕਰ ਰਹੇ ਆ, ਇਹ ਦੱਸੋ ਨਾ, ਕਿਉਂ ਨਹੀਂ ਹੁੰਦਾ? ਤੁਸੀਂ ਲੋਕਾਂ ਨੂੰ ਗਾਈਡ ਹੀ ਆਪਾਂ ਗਲਤ ਕਰਦੇ ਆ, ਲੋਕੀ ਆਪਣਿਆਂ ਚੋਂ ਹੀ ਕਰਦੇ ਆ, ਜਿਹਨਾਂ ਨੂੰ ਪੂਰੀ ਸਮਝ ਹੈ ਨਹੀਂ। ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਜੀ। ਸਾਰੇ ਲੋਨ ਹੋ ਰਹੇ ਆ, ਅਸੀਂ ਤਿੰਨ ਅਸੀਂ ਆਪਣੀ ਟ੍ਰੇਨਿੰਗ 4 ਜਾਂ 5 ਮਹੀਨੇ ਸ਼ੁਰੂ ਕੀਤੇ ਆ ਹੋਏ ਨੂੰ, ਅਸੀਂ 3-3.5 ਮਹੀਨੇ ਪਹਿਲੇ ਫਾਈਲਾਂ ਲਾਈਆਂ ਜੀ, ਉਹਦੇ 'ਚੋਂ ਇੱਕ ਫਾਈਲ ਦਿੱਲੀ ਤੋਂ ਅਪਰੂਵ ਹੋ ਕੇ ਆ ਗਈ ਹੈ ਜੀ। 500 ਬੱਕਰੀਆਂ ਦੀ ਫਾਈਲ ਹੈ, 25 ਕਰੋੜ ਰੁਪਏ ਦੇ ਕਰੀਬ ਦਾ ਉਹਨਾਂ ਦਾ ਪ੍ਰੋਜੈਕਟ ਲਗਾਇਆ ਸੀ, 50 ਲੱਖ ਰੁਪਏ ਉਹਨਾਂ ਨੂੰ ਸਬਸਿਡੀ ਮਿਲੀ ਹੈ ਜੀ। ਇੱਕ ਦੀ ਫਾਈਲ 'ਚ ਦਿੱਲੀ ਜਦੋਂ ਗਈ ਹੈ, ਉਹਨਾਂ ਨੇ ਇੱਕ ਲਾਇਆ ਵੀ ਇਹ ਕਾਗਜ਼ ਤੁਸੀਂ ਅਪਲੋਡ ਕਰੋ ਜੀ, ਉਹਨਾਂ ਦਾ ਲੋਨ ਫਾਈਨਲ ਹੈ। ਇੱਕ ਹੋਰ ਫਾਈਲ ਹੈ, ਸਰਦਾਰ ਜੋਗਿੰਦਰ ਸਿੰਘ ਜੀ ਆ ਕੋਈ, ਅਸੀਂ ਨਹੀਂ ਲਾਈ ਉਹਨਾਂ ਦੀ ਫਾਈਲ, ਮੈਨੂੰ ਨਹੀਂ ਪਤਾ, ਉਹ ਹੈ ਬੱਕਰੀਆਂ ਦਾ ਫਾਰਮ, ਉਹਨਾਂ ਦਾ ਵੀ ਲੋਨ ਉੱਥੋਂ ਅਪਰੂਵ ਹੋ ਕੇ ਆ ਚੁੱਕਾ ਹੈ ਜੀ। ਜੀ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਦੱਸਿਓ ਸਾਨੂੰ, ਬੱਕਰੀ ਪਾਲਣ ਦੀ ਲੋਨ ਲੈਣਾ ਜਿਹੜਾ, ਇਹਦੀ ਕੀ ਰਿਕੁਆਇਰਮੈਂਟ ਆ ਅਤੇ ਕਿਹੜੇ ਕਿਹੜੇ ਲੋਨ ਆ ਇਹਦੇ 'ਚ? ਇੱਦਾਂ ਜੀ, ਜਿਹੜਾ ਤਾਂ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਹੌਟ ਕਹਿ ਲਓ, ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਸਭ ਤੋਂ ਜ਼ਿਆਦਾ ਮੁੱਦਾ ਹੈ ਉਹ NLM ਦਾ ਹੈ ਜੀ, ਨੈਸ਼ਨਲ ਲਾਈਫ ਸਟੋਕ ਮਿਸ਼ਨ ਜੀ। ਠੀਕ ਹੈ, ਆਪਣੇ ਪੰਜਾਬ ਦੇ ਜਿੱਡੇ ਟ੍ਰੇਨਿੰਗ ਸੈਂਟਰ ਹੈਗੇ ਆ ਜੀ, ਪਹਿਲਾਂ ਤਾਂ ਉਹ ਇਹੀ ਕਰੀ ਜਾਂਦੇ ਆ ਜੀ, ਤੁਸੀਂ ਪਹਿਲਾਂ 20 ਬੱਕਰੀਆਂ ਲਓ, ਫਿਰ ਉਹਨੂੰ 50 ਕਰੋ ਜੀ। ਪਹਿਲਾਂ ਗੱਲ ਤਾਂ ਸਭ ਕੰਨ ਖੋਲ੍ਹ ਕੇ ਸੁਣ ਲਓ ਜੀ, ਜਿਹਦਾ ਜਿਹਨੇ ਧਿਆਨ ਦੇਣਾ ਉਹ ਧਿਆਨ ਦੇ ਲਓ ਜੀ। ਇਹ ਜਿਹੜਾ ਲੋਨ ਹੈਗਾ, ਇਹ ਸਿਰਫ ਔਰ ਸਿਰਫ ਨਵੇਂ ਬੱਕਰੀ ਪਾਲਕਾਂ ਲਈ ਹੈ ਜੀ, ਪੁਰਾਣਿਆਂ ਨੂੰ ਸਰਕਾਰ ਨਹੀਂ ਦਿੰਦੀ ਜੀ। ਜੇ ਤੁਸੀਂ ਅਪਲਾਈ ਕਰਤਾ ਜੀ ਔਰ ਤੁਹਾਡੇ ਸ਼ੈੱਡ ਛੁੱਡ ਪਏ ਹੋਏ ਜੀ, ਤੇ ਉਹ ਤੁਹਾਡੇ ਲੋਨ ਤੇ ਉਸੇ ਵੇਲੇ ਬਿਲਕੁਲ 101% ਘਾਟਾ ਹੈ ਜੀ, ਤੁਹਾਡੀ ਫਾਈਲ ਉੱਥੇ ਹੀ ਰਿਜੈਕਟ ਹੋ ਜਾਣੀ ਹੈ ਜਦੋਂ ਫਸਟ ਸਟੇਜ ਤੇ ਹੀ ਐਨੀਮਲ ਹਸਬੈਂਡਰੀ ਤੋਂ ਡਿਪਟੀ ਡਾਇਰੈਕਟਰ ਜਾਂ ਉਹਨਾਂ ਦੇ ਸਬੋਰਡੀਨੇਟਸ ਹੋਣਗੇ ਜੀ, ਉਹ ਜਦੋਂ ਤੁਹਾਡੀ ਵੈਰੀਫਿਕੇਸ਼ਨ ਕਰਨਗੇ, ਉਹਨਾਂ ਨੇ ਸ਼ੈੱਡ ਪਿਆ ਦੇਖਿਆ ਤੇ ਤੁਹਾਡੀ ਫਾਈਲ ਤੇ ਘਾਟ ਹੈ ਜੀ ਜੀ। ਇਹ ਪੁਰਾਣੇ ਬੰਦਿਆਂ ਲਈ ਲੋਨ ਹੀ ਨਹੀਂ ਹੈ ਜੀ ਜੀ। ਇੱਦਾਂ ਤੇ ਇਹਦੇ 'ਚ ਜੇ ਹੁਣ ਨਵਾਂ ਬੰਦਾ ਅਪਲਾਈ ਕਰਦਾ ਤੇ ਉਹਦੀ ਕੀ ਰਿਕੁਆਇਰਮੈਂਟ ਹੋਊਗੀ ਜੀ? ਨਵਾਂ ਬੰਦਾ ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ 18-65 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਉਹਦੀ ਜੀ, ਪੜ੍ਹਿਆ ਲਿਖਿਆ ਹੋਵੇ ਨਾ ਹੋਵੇ, ਆ ਸਾਈਨ ਕਰਨੇ ਜ਼ਰੂਰ ਆਉਣੇ ਚਾਹੀਦੇ, ਨਹੀਂ ਤਾਂ ਕਿਉਂਕਿ ਇਹਦੇ 'ਚ ਨਾ ਕੈਂਸਲਡ ਚੈੱਕ ਵੀ ਲੱਗਦਾ ਜੀ, ਅਤੇ ਜੇ ਚੈੱਕ ਬੈਂਕ ਉਦੋਂ ਹੀ ਦਿੰਦਾ ਤੁਹਾਨੂੰ ਜਦੋਂ ਤੁਸੀਂ ਸਾਈਨ ਕਰਨਾ ਜਾਣਦੇ ਹੋ ਜੀ, ਅਗਰ ਸਾਈਨ ਕਰਨਾ ਨਹੀਂ ਜਾਣਦੇ ਤਾਂ ਨਹੀਂ ਹੁੰਦਾ ਜੀ। ਇਹਦੇ 'ਚ ਕੋਈ ਇਹ ਨਹੀਂ ਹੈ ਕਿ ਜੀ ਇਹ ਸਰਕਾਰੀ ਬੰਦਾ ਹੈਗਾ ਉਹਨੂੰ ਨਹੀਂ ਦੇਣਗੇ, ਉਹ ਵੀ ਐਲੀਜੀਬਲ ਹੈ ਜੀ, ਬਸ਼ਰਤੇ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਹੈ
ਉਹਨਾਂ ਨੂੰ ਕੋਈ ਓਬਜੈਕਸ਼ਨ ਨਾ ਹੋਵੇ ਜੀ ਜੀ। ਤੇ ਬਾਕੀ ਕੋਈ ਲੈ ਸਕਦਾ ਫੈਮਿਲੀ ਚੋਂ ਇੱਕ ਬੰਦੇ ਨੂੰ ਮਿਲਦਾ, ਫੈਮਿਲੀ ਆਪਾਂ ਉਹਨੂੰ ਗਿਣਦੇ ਆ ਜਿੱਦਾਂ ਸਪੋਜ਼ ਮੇਰੀ ਔਰ ਮੇਰੀ ਵਾਈਫ ਦੀ ਇੱਕ ਫੈਮਿਲੀ ਹੋ ਗਈ ਜੀ। ਅਗਰ ਮੇਰਾ ਕੋਈ ਬੱਚਾ ਵਿਆਹਿਆ ਹੋਇਆ ਨਹੀਂ ਹੈ ਉਹ ਮੇਰੇ ਨਾਲ ਜੁੜੇਗਾ ਜੀ, ਪਰ ਅਗਰ ਉਹ ਬੱਚਾ ਵਿਆਹਿਆ ਹੋਇਆ ਜੀ ਤੇ ਉਹਦੀ ਫੈਮਿਲੀ ਜੁਦਾ ਹੈ ਔਰ ਮੇਰੀ ਫੈਮਿਲੀ ਜੁਦਾ ਹੈ ਜੀ, ਇਹ ਇੱਦਾਂ ਚੱਲਦਾ ਜੀ ਜੀ। ਅਤੇ ਇਹਦੇ 'ਚ ਰਿਕੁਆਇਰਮੈਂਟ ਜੇ ਮੰਨ ਗਏ ਜ਼ਮੀਨ ਦਾ ਹੋਣਾ ਜ਼ਰੂਰੀ ਆ ਜਾਂ ਜ਼ਮੀਨ ਤੋਂ ਬਿਨਾਂ ਵਾਲੇ ਵੀ ਲੈ ਸਕਦੇ? ਦੇਖੋ ਜੀ ਮੈਂ ਦੱਸ ਦਿੰਦਾ ਜੀ, ਜਿਹੜਾ ਤੇ ਲੋਨ ਇਹਦੇ 'ਚ ਬੈਂਕ ਤੋਂ 10 ਲੱਖ ਰੁਪਈਏ ਦਾ ਤੁਸੀਂ ਲੈਂਦੇ ਹੋ ਜੀ, ਉਹ ਬੈਂਕ ਮੈਨੇਜਰ ਨੂੰ ਪਾਵਰ ਹੁੰਦੀ ਹੈ ਔਰ ਤੁਹਾਡੇ ਬੈਂਕਾਂ ਨਾਲ ਕਿੱਦਾਂ ਦੇ ਸੰਬੰਧ ਹੈ, ਕਿੱਦਾਂ ਦੇ ਲੈਣ ਦੇਣ ਜੀ, ਅਤੇ ਉਹ 10 ਲੱਖ ਰੁਪਈਆ ਤਾਂ ਉਹ ਬਗੈਰ ਸਿਕਿਉਰਿਟੀ ਦੇ ਵੀ ਕਰ ਦਿੰਦੇ ਆ ਜੀ, ਪਰ ਜੇ ਜ਼ਿਆਦਾ ਹੁੰਦਾ ਤੇ ਉਹ ਤੁਹਾਡੇ ਤੋਂ ਪੈਸੇ ਮੰਗਣਗੇ ਜ਼ਰੂਰ ਜੀ, ਸਿਕਿਉਰਿਟੀ ਮੰਗਣਗੇ। ਦੂਜੀ ਗੱਲ ਜਿਹੜਾ ਤੁਹਾਡੇ ਕੋਲ ਜੋ ਸਰਕਾਰ ਨੇ ਮੰਗਿਆ ਵੀ ਤੁਹਾਡੇ ਕੋਲ ਚਾਰੇ ਦੀ ਜਗ੍ਹਾ ਜਾਂ ਫਾਰਮ ਪਾਉਣ ਦੀ ਜਗ੍ਹਾ ਜੀ, ਉਹ ਤੁਹਾਡੇ ਕੋਲ ਹੋਵੇ ਨਾ ਹੋਵੇ ਜੀ ਉਹਦੇ ਨਾਲ ਕੋਈ ਮੈਟਰ ਨਹੀਂ ਹੈ। ਅਗਰ ਤੁਹਾਡੇ ਕੋਲ ਹੈ ਨਹੀਂ ਹੈਗੀ ਤੁਸੀਂ ਲੀਜ਼ ਲਿਖਾਓ ਜੀ ਤੇ ਆਪਣਾ ਕੰਮ ਕਰ ਲਓ, ਕੋਈ ਦਿੱਕਤ ਨਹੀਂ ਹੈ। 6-7 ਸਾਲ ਦੀ ਲੀਜ਼ ਚੱਲਦੀ ਆ ਜੀ, ਉਹ ਤੁਸੀਂ ਲੀਜ਼ ਲਿਖਾ ਲਓ ਜੀ। ਸਰਕਾਰ ਨੂੰ ਤਾਂ ਇਹ ਨਜ਼ਰ ਆਉਣਾ ਚਾਹੀਦਾ ਵੀ ਅਸੀਂ ਤੁਹਾਨੂੰ ਸਬਸਿਡੀ ਦੇਣੀ ਹੈ 100 ਬੱਕਰੀਆਂ ਤੇ 10 ਲੱਖ ਰੁਪਈਆ, ਤੇ ਤੁਸੀਂ ਉਹਨੂੰ ਚਾਰਨ ਜੋਗੇ ਹੈਗੇ ਆ ਕਿ ਨਹੀਂ ਹੈਗੇ ਜੀ। ਟ੍ਰੇਨਿੰਗ ਜਿਹੜੀ ਸਰਟੀਫਿਕੇਟ ਚਾਹੀਦਾ ਜੀ, ਪ੍ਰੋਜੈਕਟ ਰਿਪੋਰਟ ਚਾਹੀਦੀ ਹੈ ਜੀ, 6 ਮਹੀਨੇ ਪੁਰਾਣੀ ਬੈਂਕ ਸਟੇਟਮੈਂਟ ਚਾਹੀਦੀ ਹੈ ਜੀ, ਜ਼ਮੀਨ ਦੇ ਪੇਪਰ ਉਹ ਦਿਖਾਉਣੇ ਆ ਜਿਹੜੇ ਵੀ ਅਸੀਂ ਇੱਥੇ ਚਾਰਾ ਪਾ ਸਕਦੇ। ਠੀਕ ਹੈ, ਜੇ ਤੁਸੀਂ ਲੀਜ਼ 'ਤੇ ਲਿਆ ਤਾਂ ਲੀਜ਼ ਵਾਲਾ ਪੇਪਰ ਲਾ ਦਿਉ, ਪਰ ਅਗਰ ਜੇ ਤੁਹਾਡੇ ਨਾਮ ਜ਼ਮੀਨ ਨਹੀਂ ਆ ਉਹ ਤੁਹਾਡੇ ਫਾਦਰ ਸਾਹਿਬ ਦੇ ਨਾਮ ਜ਼ਮੀਨ ਹੈ ਜੀ, ਤੇ ਉਹ ਤੁਹਾਡੀ ਜ਼ਮੀਨ ਦੀ ਗਿਣਤੀ 'ਚ ਨਹੀਂ ਹੁੰਦੀ, ਉਹ ਤੁਹਾਡੇ ਫਾਦਰ ਸਾਹਿਬ ਤੋਂ ਤੁਹਾਨੂੰ ਲੀਜ਼ ਲਿਖਾਉਣੀ ਪਊਗੀ ਜੀ, ਤਾਂ ਹੀ ਗੱਲ ਬਣ। ਜਿਹੜਾ ਲੀਜ਼ ਦਾ ਪ੍ਰੋਸੈਸ ਕੀ ਹੁੰਦਾ ਜੀ? ਉਹ ਕੀ ਲੀਜ਼ ਇੱਦਾਂ ਜਿੱਦਾਂ ਆਪਾਂ ਕਾਗਜ਼ 'ਚ ਕਰਾਉਂਦੇ ਹਾਂ ਅਤੇ ਉਹੀ ਜਿੱਦਾਂ ਕਾਗਜ਼ ਆ ਉੱਥੋਂ ਹੀ ਇਹ ਲੀਜ਼ ਤਹਿਸੀਲਦਾਰ ਦੇ ਉੱਥੋਂ ਹੁੰਦੀ ਆ ਜੀ, ਅਤੇ ਆਪਾਂ ਦੇਸੀ ਭਾਸ਼ਾ 'ਚ ਕਹੀਏ ਜਿੱਦਾਂ ਆਪਾਂ ਮਾਮਲੇ 'ਤੇ ਜ਼ਮੀਨ ਲੈਂਦੇ ਹਾਂ, ਹਾਂ ਠੇਕੇ 'ਤੇ ਕਹਿ ਲਓ, ਮਾਮਲਾ ਕਹਿ ਲਓ, ਉਹ ਕੀ ਹੁੰਦਾ ਉਹ ਆਪਾਂ ਲਿਖਤੀ 'ਚ ਨਹੀਂ ਕਰਦੇ, ਉਹ ਤਾਂ ਆਪਾਂ ਜ਼ਬਾਨੀ ਕਰ ਲੈਂਦੇ ਹਾਂ, ਇਹ ਲਿਖਣ 'ਤੇ ਜੀ। ਇਹਦੇ ਨਾਲ ਮਤਲਬ ਇਹ ਕੋਈ ਨਹੀਂ ਹੈ ਕਿ ਕੱਲ੍ਹ ਨੂੰ ਤੁਸੀਂ ਲੋਨ ਨਹੀਂ ਦਿੰਦੇ ਤਾਂ ਸਰਕਾਰ ਉਹ ਲੀਜ਼ ਵਾਲੇ ਦੀ ਜਗ੍ਹਾ ਲੈ ਲੇਗੀ, ਉਹਦੇ ਨਾਲ ਕੋਈ ਮਤਲਬ ਨਾ, ਨਾ ਉਹ ਤਾਂ ਜ਼ਮੀਨ ਵਾਲੇ ਨੂੰ ਕੋਈ ਖਤਰਾ ਨਹੀਂ, ਨਾ 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 ਕੋਈ ਉਹਦਾ ਮਤਲਬ ਹੀ ਨਹੀਂ ਨਾ, ਉਹ ਤਾਂ ਤੁਸੀਂ ਸਰਕਾਰ ਨੂੰ ਪਹਿਲਾਂ ਹੀ ਲਿਖ ਕੇ ਦੇ ਰਹੇ ਹੋ ਕਿ ਜੀ ਆਹ ਮੈਂ ਜ਼ਮੀਨ ਇਸ ਬੰਦੇ ਤੋਂ ਇੰਨੇ ਸਾਲ ਦੀ ਕਿਰਾਏ 'ਤੇ ਲਈ ਹੈ ਜੀ, ਅਤੇ ਉਹ ਸਰਕਾਰ ਕਿੱਦਾਂ ਲੈ ਲੇਗੀ। ਔਰ ਲੀਜ਼ ਔਰ ਲੀਜ਼ ਇਸ ਲਈ ਹੁੰਦੀ ਹੈ ਕਿਉਂਕਿ ਜਿਹੜਾ ਰੈਂਟ ਐਗਰੀਮੈਂਟ ਹੁੰਦਾ ਨਾ ਉਹ 11 ਮਹੀਨੇ ਤੋਂ ਵੱਧ ਦਾ ਨਹੀਂ ਹੁੰਦਾ ਜੀ, ਅਤੇ ਜਿਹੜੇ ਲੀਜ਼ ਹੈ ਉਹ ਤੁਸੀਂ ਜਿੰਨਾ ਪੀਰੀਅਡ ਚਾਹੋ ਉਹਨੇ ਪੀਰੀਅਡ ਲਈ ਲਿਖਾ ਸਕਦੇ ਜੀ, ਬਸ ਇਹ ਫਰਕ ਹੈ ਜੀ। ਇਹ ਲੋਨ ਦੇ ਵਾਸਤੇ ਆਪਾਂ ਨੂੰ ਟ੍ਰੇਨਿੰਗ ਦੀ ਵੀ ਲੋੜ ਹੈ ਜੀ? ਬਿਲਕੁਲ, ਟ੍ਰੇਨਿੰਗ ਸਰਟੀਫਿਕੇਟ ਚਾਹੀਦਾ ਜੀ, ਪਰ ਉਹ ਨਹੀਂ ਚਾਹੀਦਾ ਜਿਹੜਾ ਪ੍ਰਾਈਵੇਟ ਬਈ ਆਪਣੇ ਘਰ ਬੈਠੇ ਛਾਪਿਆ ਅਤੇ ਉਹ ਵਾਲਾ ਸਰਟੀਫਿਕੇਟ ਕਦੇ ਵੀ ਨਹੀਂ ਚਾਹੀਦਾ। ਕੀ ਲੋਨ ਦੇ ਵਿੱਚ ਜਦੋਂ ਆਪਾਂ ਨੂੰ ਲੋਨ ਅਪਲਾਈ ਕਰਾਂਗੇ ਅਤੇ ਆਪਾਂ ਨੂੰ ਕੋਈ ਸਵਾਲ ਪੁੱਛੇ ਜਾਣਗੇ ਵੀ ਆਪਣਾ ਪਤਾ ਲੱਗ ਸਕੇ ਕਿ ਟ੍ਰੇਨਿੰਗ ਆਪਣੀ ਕੀਤੀ ਵੀ ਆ ਜਾਂ ਨਹੀਂ? ਸਰ ਜੀ ਇੱਦਾਂ ਹੈ, ਦੇਖੋ ਜਦੋਂ ਇੱਕ ਤਾਂ ਜਿਹੜੇ ਐਨੀਮਲ ਹਸਬੈਂਡਰੀ ਵਾਲੇ ਤੁਹਾਡੇ ਪੇਪਰ ਵੈਰੀਫਾਈ ਕਰਨ ਆਉਣਗੇ ਜੀ, ਹੋ ਸਕਦਾ ਉਹ ਤੁਹਾਡੇ ਤੋਂ ਪੁੱਛ ਲੈਣ ਜੀ, ਉਹ ਪੁੱਛਣ ਨਾ ਪੁੱਛਣ, ਪਰ ਜਦੋਂ ਤੁਹਾਡੀ ਫਾਈਲ ਸਟੇਟ ਇੰਪਲੀਮੈਂਟਿੰਗ ਏਜੰਸੀ ਤੋਂ ਓਕੇ ਹੋ ਕੇ ਫਿਰ ਬੈਂਕ ਤੋਂ ਓਕੇ ਹੋ ਕੇ SLEC ਹੈ ਜੀ, ਉੱਥੇ ਜਦੋਂ ਜਾਂਦੀ ਹੈ Sector 68 ਮੋਹਾਲੀ, ਉਹ ਜਦ ਬਿਲਕੁਲ ਓਕੇ ਕਰ ਦਿੰਦੇ ਆ ਜੀ, ਤੇ ਦਿੱਲੀ ਫਾਈਲ ਜਾਣ ਤੋਂ ਪਹਿਲਾਂ ਜਿਹੜੇ ਆਪਣੇ ਐਨੀਮਲ ਹਸਬੈਂਡਰੀ ਦੇ ਪ੍ਰਿੰਸੀਪਲ ਸੈਕਟਰੀ ਹੈ ਜੀ, ਉਹ ਤੁਹਾਡਾ ਇੰਟਰਵਿਊ ਲੈਣਗੇ ਜੀ, ਕਿ ਤੁਹਾਨੂੰ ਬਈ ਉਹ ਕਹਿੰਦੇ ਜੀ ਅਸੀਂ ਤੁਹਾਨੂੰ 10 ਲੱਖ ਰੁਪਏ ਦੇ ਰਹੇ ਹਾਂ 100 ਬੱਕਰੀਆਂ ਮਗਰ, ਤੇ ਸਾਡਾ ਪੈਸਾ ਸਹੀ ਜਗ੍ਹਾ ਜਾ ਰਿਹਾ, ਇਹਨੂੰ ਸਮਝ ਵੀ ਆ ਕਿ
ਪੈਸੇ ਲੈ ਕੇ ਭੱਜਣ ਵਾਲਿਆਂ 'ਚ ਹੀ ਹੈ ਜੀ, ਅਤੇ ਉਹ ਇੰਟਰਵਿਊ ਪ੍ਰੋਪਰ ਚੱਲਦਾ ਜੀ ਸਭ ਦਾ ਜੀ, ਔਰ ਇਹ ਤਿਆਰੀ ਕਰਨੀ ਵੀ ਚਾਹੀਦੀ ਹੈ, ਕਰਕੇ ਜਾਣੀ ਚਾਹੀਦੀ ਹੈ, ਤਾਂ ਕਿ ਜੋ ਪ੍ਰੋਜੈਕਟ ਰਿਪੋਰਟ ਤੁਸੀਂ ਬਣਾ ਰਹੇ ਹੋ ਤੁਹਾਨੂੰ ਪਤਾ ਹੋਵੇ ਕਿ ਮੈਂ ਇਹਦੇ 'ਚ ਕੀ ਲਿਖਿਆ ਜੀ, ਬਸ ਇਹ ਚੀਜ਼ ਜੀ। ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਕਿ ਜੇ ਕਿਸੇ ਨੇ 100 ਬੱਕਰੀ ਦੇ ਲੋਨ ਲੈਣਾ, ਹਾਂਜੀ, ਅਤੇ ਉਹਦੇ 'ਚ ਉਹਨੂੰ ਕਿੰਨਾ ਲੋਨ ਮਿਲੂ, ਕਿੰਨੇ ਉਹਨੂੰ ਸ਼ੈੱਡ 'ਤੇ ਲਾਉਣੇ ਪੈਣਗੇ? ਇੱਦਾਂ ਭਾਅ ਜੀ ਦੇਖੋ, ਜਿਹੜੇ 100 ਬੱਕਰੀਆਂ ਦਾ ਲੋਨ ਹੁੰਦਾ ਨਾ, 100 ਬੱਕਰੀਆਂ ਦਾ ਪ੍ਰੋਜੈਕਟ ਕਹਿੰਦੇ ਆਪਾਂ, ਲੋਨ ਨਹੀਂ ਕਹਿੰਦੇ, ਹਾਂ ਆਪਾਂ ਪ੍ਰੋਜੈਕਟ ਕਹਿੰਦੇ ਆ, ਠੀਕ ਹੈ। 100 ਬੱਕਰੀਆਂ ਵਾਲੇ ਪ੍ਰੋਜੈਕਟ 'ਚ ਆਪਾਂ ਪ੍ਰੋਜੈਕਟ ਰਿਪੋਰਟ ਬਣਾਈ ਦੀ ਹੈ 25 ਕੁ ਲੱਖ ਰੁਪਈਏ ਦੀ ਜੀ, ਉਹਦੇ 'ਚ 10 ਲੱਖ ਰੁਪਏ ਸਰਕਾਰ ਸਬਸਿਡੀ ਦਿੰਦੀ ਹੈ ਜੀ, 10% ਮਾਰਜਿਨ ਮਨੀ ਹੈ ਜੋ ਤੁਸੀਂ ਆਪਣੇ ਕੋਲੋਂ ਲਾਉਣੀ ਹੈ ਜੀ, ਤੇ ਬਾਕੀ 12.5 ਲੱਖ ਰੁਪਏ ਤੁਸੀਂ ਬੈਂਕ ਤੋਂ ਲੋਨ ਲੈਣਾ ਜੀ, ਜਾਂ ਤੁਸੀਂ ਆਪ ਕਿੱਦਾਂ ਅਰੇਂਜ ਕਰਨਾ ਉਹ ਤੁਸੀਂ ਕਰ ਸਕਦੇ ਜੀ। ਅਤੇ ਲੋਨ ਲੈਣ ਆਪਾਂ ਨੂੰ ਇਹ ਸਾਰੀ ਅਮਾਊਂਟ ਆ ਜਿਹੜੀ 25 ਲੱਖ ਉਹ ਪਹਿਲਾਂ ਲਾਉਣੀ ਪਊ, ਸਬਸਿਡੀ ਬਾਅਦ 'ਚ ਆਊ, ਜਾਂ ਕਿਵੇਂ ਦਾ ਪ੍ਰੋਸੈਸ ਹੈ? ਨਹੀਂ ਨਹੀਂ ਇੱਦਾਂ ਜੀ, ਜਿੱਦਾਂ ਤੁਸੀਂ ਤੁਹਾਡੀ ਚਿੱਠੀ ਪਹਿਲਾਂ ਸਟੇਟ ਇੰਪਲੀਮੈਂਟਿੰਗ ਏਜੰਸੀ ਕੋਲ ਗਈ, ਉੱਥੋਂ ਬੈਂਕ ਤੋਂ ਗਈ, ਉੱਥੋਂ SLEC ਕੋਲ ਗਈ, SLEC ਤੋਂ ਜਾਂਦੀ ਹੈ ਦਿੱਲੀ ਜੀ, ਦਿੱਲੀ ਤੋਂ 2 ਚਿੱਠੀਆਂ ਆਉਂਦੀਆਂ, ਇੱਕ ਬੈਂਕ ਨੂੰ, ਇੱਕ SIDBI ਨੂੰ ਜੀ। ਬੈਂਕ ਨੂੰ ਆਉਂਦੀ ਹੈ ਜੀ, ਜੋ ਤੁਹਾਡੇ ਨਾਲ ਇਹਨਾਂ ਦਾ ਲੋਨ ਦਾ ਤੁਸੀਂ ਹਾਮੀ ਭਰੀ ਆ ਪਹਿਲਾਂ ਜੀ, ਉਹ ਲੋਨ ਇਹਨਾਂ ਨੂੰ ਰਿਲੀਜ਼ ਕਰ ਦਿਓ ਜੀ, ਹੋਰ SIDBI ਨੂੰ ਜਾਂਦੀ ਹੈ ਵੀ ਇਹਨਾਂ ਦੀ ਪੋਜੀਸ਼ਨ ਦੇਖ ਦੇਖ ਕੇ 2 ਵਾਰੀ 'ਚ SIDBI 2 ਵਾਰੀ 'ਚ ਰਿਲੀਜ਼, ਜੋ ਤੁਹਾਡਾ ਅਮਾਊਂਟ ਹੈ ਸਬਸਿਡੀ ਦਾ ਉਹ 2 ਵਾਰੀ 'ਚ ਦਿੰਦੀ ਹੈ ਜੀ। ਇੱਕ ਉਦੋਂ ਦਿੰਦੀ ਹੈ ਜਦੋਂ ਤੁਹਾਨੂੰ ਚਿੱਠੀ ਆ ਗਈ, ਬੈਂਕ ਨੇ ਤੁਹਾਨੂੰ ਆਪਣਾ ਲੋਨ ਦੇ ਦਿੱਤਾ ਜੀ, ਤੁਸੀਂ ਲੋਕ ਆਪਣਾ ਜਿੱਦਾਂ 100 ਬੱਕਰੀਆਂ ਲਈ 1800 ਸਕੇਅਰ ਫੁੱਟ ਦਾ ਆਪਾਂ ਨੂੰ ਉਹ ਚਾਹੀਦਾ ਸ਼ੈੱਡ ਜੀ, ਉਹ ਸ਼ੈੱਡ ਪਾਓ, SIDBI ਸਟੇਟ ਇੰਪਲੀਮੈਂਟਿੰਗ ਏਜੰਸੀ ਨੂੰ ਕਰੋ ਇਨਫੋਰਮ ਜੀ ਅਸੀਂ ਸ਼ੈੱਡ ਪਾ ਲਿਆ ਜੀ, ਉਹ ਆਉਣਗੇ ਫੋਟੋਆਂ ਖਿੱਚ ਕੇ ਵੈਰੀਫਾਈ ਕਰਨਗੇ, SIDBI ਨੂੰ ਭੇਜਣਗੇ, SIDBI ਤੁਹਾਡੀ ਅੱਧੀ ਸਬਸਿਡੀ ਤੁਹਾਡੇ ਖਾਤੇ 'ਚ ਉਸੇ ਵੇਲੇ ਪਾ ਦੇਗੀ ਜੀ। ਉਹਦੇ ਬਾਅਦ ਬਾਕੀ ਜਦੋਂ ਤੁਸੀਂ ਆਪਣਾ ਪ੍ਰੋਜੈਕਟ ਕੰਪਲੀਟ ਕਰ ਲਓਗੇ ਜੀ, ਉਦੋਂ 5 ਲੱਖ ਰੁਪਈਆ ਜਿਹੜਾ ਬਚਿਆ ਉਹ ਉਦੋਂ ਮਿਲ ਜਾਏਗਾ ਜੀ। ਜਦੋਂ ਆਪਾਂ ਨੂੰ ਇਹ ਸਾਰੀ ਅਮਾਊਂਟ ਆਉਂਦੀ ਹੈ ਜੀ, ਇਹਦੇ 'ਚੋਂ ਆਪਾਂ ਕਿੰਨੇ ਰੁਪਈਏ ਸ਼ੈੱਡ 'ਤੇ ਲਾਉਣੇ ਜ਼ਰੂਰੀ ਹੁੰਦੇ ਆ, ਅਤੇ ਕਿੰਨੇ ਆਪਾਂ ਬੱਕਰੀਆਂ? ਇੱਦਾਂ ਜੀ, ਜਿਹੜਾ ਪ੍ਰੋਜੈਕਟ ਰਿਪੋਰਟ ਆਪਾਂ ਬਣਾਈ ਦੀ ਹੈ ਨਾ ਜੀ, ਉਹਦੇ 'ਚ ਇੱਕ ਇੱਕ ਚੀਜ਼ ਲਿਖੀ ਦੇ ਜੀ, ਆਹ ਮੇਰਾ ਸ਼ੈੱਡ ਦਾ ਖਰਚਾ, ਆਹ ਮੈਂ ਮਸ਼ੀਨ ਲੈਣੀ, ਆਹ ਮੈਂ ਮੋਟਰ ਲੈਣਾ, ਆਹ ਮੈਂ ਬਿਜਲੀ ਦੀ ਫਿਟਿੰਗ ਆ, ਆਹ ਮੇਰਾ ਯੇ ਆ ਜੀ ਜੀ, ਆਹ ਮੈਨੂੰ ਇੱਦਾਂ ਕਮਾਈ ਹੋਣੀ ਆ, ਆਹ ਮੇਰੇ ਬੱਚੇ ਮਰਨਗੇ, ਆਹ ਮੇਰੇ ਜੀਣਗੇ, ਮੈਂ ਵੇਚੂੰਗਾ ਜੀ, ਇੰਨਾ ਮੈਨੂੰ ਪ੍ਰੋਫਿਟ ਆਏਗਾ ਜੀ, ਆਹ ਮੈਂ ਇੱਦਾਂ ਬੈਂਕ ਨੂੰ ਕਿਸ਼ਤ ਦੇਣੀ ਹੈ, ਜਿਹੜਾ ਆਪਾਂ ਲੋਨ ਲਿਆ ਹੁੰਦਾ 12.5 ਲੱਖ ਰੁਪਏ ਜੀ, ਉਹ ਸੇਮ ਉੱਦਾਂ ਹੀ ਚੱਲਣਾ ਜੀ। ਇਹ ਜਿਹੜੀ 25 ਲੱਖ ਦੀ ਪ੍ਰੋਜੈਕਟ ਫਾਈਲ ਆ, ਇਹ ਕਿੰਨੇ ਸਾਲ ਦਾ ਲੋਨ ਹੁੰਦਾ ਜੀ? ਇੱਦਾਂ ਜੀ ਦੇਖੋ, ਇਹ ਤੁਸੀਂ ਮੋਟਾ ਮੋਟੀ ਆਪਾਂ ਕਹਿ ਲਈਏ 6 ਸਾਲ 'ਚ ਪੈਸਾ ਮੋੜਨਾ ਹੁੰਦਾ ਜੀ, ਪਹਿਲੇ ਸਾਲ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ, ਪਹਿਲੇ ਸਾਲ ਤੁਸੀਂ ਕੋਈ ਉਹ ਆਪਣੀ ਬੈਂਕ ਨੂੰ ਕਿਸ਼ਤ ਨਹੀਂ ਦੇਣੀ ਜੀ, ਸਿਰਫ ਵਿਆਜ ਤੁਸੀਂ ਦੇ ਦਿਓ ਜੀ, ਜੋ ਪਹਿਲੇ ਸਾਲ ਦਾ ਬਣਦਾ ਸਿਰਫ ਵਿਆਜ ਦਿਓ, ਬਾਕੀ 2.5 ਲੱਖ ਰੁਪਈਆ 5 ਸਾਲਾਂ 'ਚ ਤੁਸੀਂ ਮੋੜ ਸਕਦੇ ਹੋ। ਔਰ 100 ਬੱਕਰੀਆਂ ਕਰਕੇ ਅਗਰ ਤੁਸੀਂ 2.5 ਲੱਖ ਰੁਪਈਆ ਸਾਲ ਦਾ ਨਹੀਂ ਦੇ ਸਕਦੇ, ਫਿਰ ਤਾਂ ਮੈਂ ਇਹੀ ਕਹੂੰਗਾ ਜੀ, ਤੁਸੀਂ ਕੰਮ ਹੀ ਨਾ ਕਰੋ ਤਾਂ ਜ਼ਿਆਦਾ ਵਧੀਆ ਰਹੋ ਜੀ ਜੀ ਜੀ। ਕੋਈ ਹੋਰ ਪ੍ਰੋਜੈਕਟ, ਇੱਕ ਇਹ ਤਾਂ ਵੱਡੀ ਰਿਪੋਰਟ ਹੋ ਗਈ, ਜੇ ਕੋਈ ਵੀਰ ਭਰਾ ਸੁਣਦੇ ਆ, ਉਹਨਾਂ ਨੇ ਕਿਹਾ ਵੀ ਅਸੀਂ ਛੋਟਾ ਲੋਨ ਲੈਣਾ, ਕੋਈ ਐਵੇਂ ਦੀ ਵੀ ਰਿਕੁਆਇਰਮੈਂਟ? ਇੱਕ PMEGP ਕਰਕੇ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜੀ, ਜਿਹਦੇ 'ਚ 1 ਲੱਖ ਤੋਂ ਲੈ ਕੇ 20 ਲੱਖ ਰੁਪਏ ਤੱਕ ਲੋਨ ਦਿੰਦੇ ਆ ਜੀ, ਪਰ ਜੇ ਤੁਸੀਂ 8ਵੀਂ ਪਾਸ ਹੋ ਫਿਰ ਤਾਂ ਤੁਹਾਨੂੰ ਲੋਨ ਮਿਲ ਜਾਏਗਾ 20 ਲੱਖ ਤੱਕ ਜੀ, ਪਰ ਜੇ ਤੁਸੀਂ 8ਵੀਂ ਪਾਸ ਦੇ ਅੰਦਰ ਹੋ ਫਿਰ ਤੁਹਾਨੂੰ ਲੋਨ 5 ਲੱਖ ਰੁਪਈਏ ਤੱਕ ਹੀ ਮਿਲਦਾ, ਉਸ ਤੋਂ ਵੱਧ ਨਹੀਂ ਦਿੰਦੇ ਜੀ। ਉਹਦੇ 'ਚ ਜਿਹੜਾ ਜਨਰਲ ਕੈਟੇਗਰੀ ਹੈ ਉਹਨਾਂ ਨੂੰ 25% ਸਬਸਿਡੀ ਹੈ ਜੀ, ਜਿਹੜੀ SC ST OBC ਔਰ ਲੇਡੀਜ਼ ਕਿਸੇ ਵੀ ਕਾਸਟ ਦੀਆਂ ਹੋਣ, ਚਾਹੇ ਜਨਰਲ ਹੋਏ ਚਾਹੇ SC
ਐਸਟੀ ਓਬੀਸੀ ਹੋਣ ਜੀ, ਉਹਨਾਂ ਨੂੰ 35% ਹੈ। ਉਹਦੇ 'ਚ ਜਨਰਲ ਕੈਟੇਗਰੀ ਨੇ 10% ਆਪਣੇ ਕੋਲੋਂ ਪੈਸਾ ਲਾਉਣਾ ਜੀ, ਬਾਕੀ ਦੂਜੀ ਕੈਟੇਗਰੀ ਜੋ ਮੈਂ ਦੱਸੀ ਹੈ ਉਹਨਾਂ ਨੇ 5% ਲਾਉਣਾ ਜੀ। ਔਰ ਉਹਦੇ 'ਚ ਮਿਆਦ NLM 'ਚ 4 ਮਹੀਨੇ ਦੀ ਫਾਈਲ ਚੱਲਦੀ ਹੈ ਤੁਹਾਡੀ, ਇਹਦੇ 'ਚ 15-20 ਦਿਨ ਸਰਕਾਰ ਕਹਿੰਦੀ ਅਸੀਂ ਲੋਨ ਕਰ ਦਿੰਦੇ ਹਾਂ। ਡਾਕਟਰ ਸਾਹਿਬ, ਇਹ ਸਾਰੀ ਲੋਨ ਦੀ ਗੱਲਬਾਤ ਹੋ ਗਈ, ਹੁਣ ਟ੍ਰੇਨਿੰਗ ਬਾਰੇ ਦੱਸੋ ਜੀ ਸਾਨੂੰ, ਵੀ ਟ੍ਰੇਨਿੰਗ ਲੈਣੀ ਆਪਾਂ ਜਿਹੜੇ ਵੀ ਭਰਾ ਲੋਨ ਦੇ ਬਾਰੇ ਜਿਨ੍ਹਾਂ ਨੇ ਸੁਣਿਆ, ਟ੍ਰੇਨਿੰਗ ਦੇ ਵਿੱਚ ਕੀ ਹੋਊਗਾ ਜੀ, ਅਤੇ ਸਾਰੀ ਗੱਲਬਾਤ ਟ੍ਰੇਨਿੰਗ ਦੀ ਜੀ। ਟ੍ਰੇਨਿੰਗ ਇਸ ਤਰ੍ਹਾਂ ਜੀ, ਟ੍ਰੇਨਿੰਗ 'ਚ ਜਦੋਂ ਅਸੀਂ ਆਪਣੇ ਇੱਥੇ ਸਾਡੇ ਚੱਲ ਰਹੀ ਹੈ, ਅੱਜ ਵੀ ਚੱਲ ਰਹੀ ਹੈ, ਤੁਸੀਂ ਦੇਖਿਆ ਹੀ ਹੈ ਜੀ, ਸਾਡੇ ਉੱਥੇ ਅਸੀਂ ਜੋ ਕਵਰ ਕਰਦੇ ਹਾਂ ਨਾ, ਦੇਖੋ ਅਸੀਂ ਕਰਦੇ ਹਾਂ, ਪਹਿਲਾਂ ਉਹਨੂੰ ਇਹ ਦੱਸੀਦਾ ਵੀ ਤੁਸੀਂ ਇਹ ਡਿਸਾਈਡ ਕਰੋ ਤੁਸੀਂ ਬਰੀਡ ਕਿਹੜੀ ਪਾਲਣੀ ਹੈ ਜੀ, ਤੁਸੀਂ ਕਿਸ ਚੀਜ਼ 'ਤੇ ਕੰਮ ਕਰਨਾ, ਦੁੱਧ 'ਤੇ ਕੰਮ ਕਰਨਾ, ਮੀਟ 'ਤੇ, ਦੇਖੋ ਹਰ 'ਚ ਆਉਣਾ ਹੀ ਹੈ, ਪਰ ਕਈ ਲੋਕ ਸਿਰਫ ਮੀਟ 'ਤੇ ਕੰਮ ਕਰਦੇ ਆ ਨਾ, ਜਿੱਦਾਂ ਆਪਾਂ ਕੁਰਬਾਨੀ ਲਈ ਬੱਕਰੇ ਤਿਆਰ ਕਰਦੇ ਹਾਂ ਉਹ ਮੀਟ ਲਈ ਗਿਣਿਆ ਜਾਂਦਾ ਜੀ, ਦੁੱਧ ਉਹਨੂੰ ਗਿਣਦੇ ਆ ਜਿਹੜਾ 2 ਲੀਟਰ ਤੋਂ ਉੱਪਰ ਬੱਕਰੀ ਦੁੱਧ ਦਿੰਦੀ ਹੈ, ਉਹ ਦੁੱਧ ਵਾਲੀ ਬਰੀਡ ਹੋ ਗਈ ਜੀ। ਜਿੱਦਾਂ ਜਮੁਨਾਪਾਰੀ ਹੈ, ਜਮੁਨਾਪਾਰੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੈ, ਪਰ ਉਹਦੀ ਪ੍ਰੋਬਲਮ ਕੀ ਹੈ, ਉਹ ਸਿਰਫ 52-53 ਦਿਨ ਦੁੱਧ ਦਿੰਦੀ ਹੈ, ਬਾਕੀ ਉਹਦੇ ਬਾਅਦ ਦੁੱਧ ਨਹੀਂ ਦਿੰਦੀ ਜੀ। ਠੀਕ ਹੈ, ਇੱਦਾਂ ਹੀ ਕਈ ਲੋਕ ਚਮੜੇ ਲਈ ਕੰਮ ਕਰਦੇ ਆ ਜੀ, ਚਮੜਾ ਦੇਖੋ ਇੱਕ ਇੱਥੇ ਬੰਗਾਲ ਬਿਹਾਰ ਛੱਤੀਸਗੜ੍ਹ 'ਚ ਬਲੈਕ ਬੰਗਾਲ ਕਰਕੇ ਇੱਕ ਬਰੀਡ ਆਉਂਦੀ ਹੈ, ਬੜੀ ਛੋਟੀ ਬਰੀਡ ਹੈ ਜੀ, 3-4-5 ਬੱਚੇ ਵੀ ਦਿੰਦੀ ਹੈ, ਪਰ ਉਹਦੇ ਮਾਰ ਕੀ ਹੈ, ਉਹਦੇ ਥੱਲੇ ਦੁੱਧ ਪਾਈਆ ਤੋਂ ਉੱਪਰ ਨਹੀਂ ਹੁੰਦਾ ਜੀ, ਅਤੇ ਉਹਦਾ ਮੀਟ ਵੀ ਬਹੁਤ ਸ਼ਾਨਦਾਰ ਹੈ, ਉਹਦਾ ਟੇਸਟ ਕਹਿੰਦੇ ਬਹੁਤ ਚੰਗਾ, ਔਰ ਵਿਕਦਾ ਵੀ ਅੱਛਾ ਜੀ, ਚਮੜੇ ਲਈ ਸਭ ਤੋਂ ਵਧੀਆ ਬਰੀਡ ਉਹ ਗਿਣੀ ਜਾਂਦੀ ਹੈ ਜੀ। ਅਤੇ ਬਾਕੀ ਇੱਕ ਜਿੱਦਾਂ ਆਪਣੇ ਪਸ਼ਮੀਨਾ ਹੈਗੀਆਂ ਜੰਮੂ ਕਸ਼ਮੀਰ ਦੀਆਂ, ਚਾਂਗੀ ਥਾਂਗੀ, ਔਰ ਇਹ ਹੈ ਜੀ ਆਪਣੇ, ਹੁਣ ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਕਿਸੇ ਦੀ ਸੁਣ ਰਿਹਾ ਸੀ, ਉਹ ਕਹਿੰਦੇ ਜੀ ਟ੍ਰੇਨਿੰਗ ਸੈਂਟਰ ਹੈ ਉਹਨਾਂ ਦਾ ਜੀ, ਉਹ ਕਹਿੰਦੇ ਹਿੰਦੁਸਤਾਨ 'ਚ ਰਜਿਸਟਰਡ 32 ਬਰੀਡ ਆ ਜੀ, ਉਹਨਾਂ 'ਤੇ ਰਜਿਸਟਰਡ ਵੀ ਨਹੀਂ ਕਿਹਾ, ਉਹਨਾਂ ਨੇ ਕਿਹਾ ਜੀ ਹਿੰਦੁਸਤਾਨ 'ਚ 32 ਬਰੀਡ ਹੈ, ਜਦਕਿ 37 'ਤੇ ਰਜਿਸਟਰਡ ਬਰੀਡ ਹੈ, ਜਿਹੜੀਆਂ ਬਾਕੀ ਹੋਰ ਬਰੀਡ ਹੈ ਉਹ ਤਾਂ ਹਾਲੇ ਸਰਕਾਰ ਗਿਣਦੀ ਨਹੀਂ ਜੀ, ਅਤੇ ਤਕਰੀਬਨ ਆਪਣੇ ਇੱਥੇ ਕੁਛ ਨਹੀਂ ਅਤੇ 45-47 ਬਰੀਡ ਹੈਗੀਆਂ ਜੀ ਜਿਹੜੀਆਂ ਰਜਿਸਟਰਡ ਹੈ, ਉਹ ਕੱਲ੍ਹ ਦੀ ਡੇਟ ਤੱਕ 37 ਬਰੀਡ ਹੈ ਬੱਕਰੀ ਦੀਆਂ ਜਿਹੜੀਆਂ ਸਰਕਾਰ ਦੇ ਖਾਤੇ 'ਚ ਰਜਿਸਟਰਡ ਹੈ ਜੀ, ਉਹ ਦੱਸੀਦਾ, ਫਿਰ ਉਹਨਾਂ ਨੂੰ ਦੱਸੀਦਾ ਤੁਸੀਂ ਸ਼ੈੱਡ ਕਿੱਥੇ ਕਿਹੜੀ ਜਗ੍ਹਾ ਸਿਲੈਕਟ ਕਰਨੀ ਹੈ ਜੀ, ਸ਼ੈੱਡ ਕਿਵੇਂ ਪਾਉਣਾ ਹੈ ਜੀ, ਡਾਇਰੈਕਸ਼ਨ ਕਿੰਨੀ ਜਗ੍ਹਾ, ਕੀ ਖਾਨੇ ਤੁਹਾਨੂੰ ਚਾਹੀਦੇ ਆ ਜੀ, ਉਹਦੇ 'ਚ ਬਿਜਲੀ ਦੀ ਫਿਟਿੰਗ ਕੀ ਕਰਨੀ ਹੈ, ਕਿੱਦਾਂ ਕਰਨੀ ਹੈ, ਇਹ ਚੀਜ਼ਾਂ ਦੱਸੀ ਜਾਂਦੀਆਂ, ਫਿਰ ਵੈਕਸੀਨੇਸ਼ਨ ਦੱਸੀ ਜਾਂਦੀ ਹੈ, ਦਵਾਈਆਂ ਬੂਟੀਆਂ ਦੱਸੀਆਂ ਜਾਂਦੀਆਂ, ਪਰ ਅਸੀਂ ਉਹਨਾਂ ਨੂੰ ਇਹੀ ਜ਼ੋਰ ਦਿੰਦੇ ਹਾਂ ਜੀ ਤੁਸੀਂ ਅਗਰ ਸਾਨੂੰ 'ਚ ਪ੍ਰੋਪਰ ਫੋਲੋ ਕਰੋ ਅਤੇ ਜੋ ਡਾਕਟਰ ਵਾਲਾ ਖਰਚਾ ਨਾ ਇਹ ਤੁਹਾਡੇ ਇੱਥੇ ਆਏਗਾ ਨਹੀਂ ਜੀ, ਹੋਰ ਜੇ ਡਾਕਟਰ ਵਾਲਾ ਖਰਚਾ ਨਾ ਆਵੇ ਨਾ, ਤਾਂ ਅਗਰ ਬਹੁਤ ਸ਼ਾਨਦਾਰ ਕਮਾਈ ਹੈ, ਅੱਛੇ ਪੈਸੇ ਬਚਦੇ ਆ, ਜਿਹੜੇ ਡਾਕਟਰ ਨੂੰ ਜਾਣੇ ਉਹ ਤੁਹਾਡੇ ਘਰ ਹੀ ਬਚਦੇ ਆ ਜੀ, ਅੰਦਾਜ਼ਨ ਲਾਈਏ ਤਾਂ ਡਾਕਟਰ 5-6-7 ਮਹੀਨੇ ਤਾਂ ਸਾਲ ਦੇ ਲੈ ਹੀ ਜਾਂਦੇ ਤੁਹਾਡੇ ਘਰੋਂ ਜਿਹੜੇ ਵੇਚਣ ਵਾਲੇ ਹੁੰਦੇ ਜੀ, ਅਤੇ ਇਸ ਲਈ ਉਹਦਾ ਧਿਆਨ ਰੱਖੋ ਆਪਣੀ, ਬਾਕੀ ਜੋ ਸਰਕਾਰ ਦੀ ਜੋ ਪੋਲਿਸੀਜ਼ ਆਉਂਦੀਆਂ ਜੀ ਉਹ ਜ਼ਰੂਰ ਕਵਰ ਕਰੀਦੀਆਂ, ਰਿਕਾਰਡ ਕਿੱਦਾਂ ਮੇਨਟੇਨ ਕਰਨਾ ਆਪਣੇ ਦਾ, ਇਹ ਸਭ ਚੀਜ਼ਾਂ ਦੱਸੀਆਂ ਜਾਂਦੀਆਂ। ਹੋਰ ਇਹ ਮੇਰਾ ਦੱਸਣ ਦਾ ਤੁਹਾਨੂੰ ਪਰਪਸ ਇਹ ਹੈ ਕਿ ਜਿਹਦੇ ਤੋਂ ਵੀ ਤੁਸੀਂ ਜਾਂਦੇ ਹੋ ਟ੍ਰੇਨਿੰਗ ਲੈਣ ਜੀ, ਉਹਨਾਂ ਦੇ ਇਹ ਚੈੱਕ ਕਰੋ,
ਅਸੀਂ ਇਹ ਨਹੀਂ ਕਹਿੰਦੇ ਸਾਡੇ ਤੋਂ ਹੀ ਆਓ ਟ੍ਰੇਨਿੰਗ ਲੈਣ, ਤੁਸੀਂ ਇਹ ਦੇਖੋ ਉਹਨਾਂ ਨੂੰ, ਉਹਨਾਂ ਨਾਲ ਗੱਲ ਕਰੋ ਜਦੋਂ ਤੁਸੀਂ ਟ੍ਰੇਨਿੰਗ ਲੈਣੀ ਹੈ ਵੀ ਤੁਸੀਂ ਸਾਨੂੰ ਕੀ ਟੌਪਿਕ ਔਰ ਕੀ ਦੱਸੋਗੇ ਜੀ ਸਾਡੇ। ਦੂਜਾ ਸਾਡੇ 'ਚ ਬੈਨੀਫਿਟ ਇਹ ਹੈ ਸਾਡੇ ਫੋਨ ਕਦੇ ਬੰਦ ਨਹੀਂ ਹੁੰਦੇ ਜੀ। ਅਸੀਂ ਤਾਂ ਜੋ ਟ੍ਰੇਨਿੰਗ ਲੈ ਕੇ ਜਾਂਦੇ ਉਹਨਾਂ ਨੂੰ ਇਹ ਕਹਿੰਦੇ ਵੀ ਸਾਡਾ ਫੋਨ ਤੁਸੀਂ ਆਪਣੇ ਪਿੰਡਾਂ 'ਚ ਵੀ ਵੰਡ ਦਿਓ, ਜਿਨ੍ਹਾਂ ਨੇ ਸਾਡੇ ਤੋਂ ਟ੍ਰੇਨਿੰਗ ਲਈ, ਜਿਨ੍ਹਾਂ ਨੇ ਨਹੀਂ ਲਈ ਜੀ ਉਹਨਾਂ ਨੂੰ ਵੀ ਅਗਰ ਕੋਈ ਹਾੜੀ ਬਿਮਾਰੀ ਦੀ ਦਿੱਕਤ ਆਉਂਦੀ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ, ਅਸੀਂ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ ਜੀ। ਸੋ ਦੋਸਤੋ ਇਹ ਲੋਨ ਨੂੰ ਲੈ ਕੇ ਗੱਲਬਾਤ ਸੀ, ਟ੍ਰੇਨਿੰਗ ਦੀ ਗੱਲਬਾਤ ਸੀ, ਅਗਲਾ ਪਾਰਟ ਵੀ ਜ਼ਰੂਰ ਆਊਗਾ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ, ਨਵੀਂ ਕੋਈ ਵੀ ਚੀਜ਼ ਲੋਨ ਦੇ ਮੁਤਾਬਕ ਆਉਂਦੀ ਹੈ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਚੀਜ਼ ਮੈਂ ਜ਼ਰੂਰ ਕਹਿਣਾ